ਆਓ ਖੰਨੇ ਓ ਕਰਾ ਕੇ ਮੁੱਛ ਕੁੰਡੀ ਗੋਰੀਏ ਨੀ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ। ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸਿਨਰੀ 'ਤੇ। ਦੋਸਤੋ, ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਅੰਮ੍ਰਿਤ ਮਾਨ ਨੇ ਕਰਨ ਔਜਲਾ ਦੇ ਪ੍ਰਤੀ ਆਪਣੇ ਤੀਜੇ ਰਿਪਲਾਈ ਵਿੱਚ ਕਾਫੀ ਗਲਤ ਗੱਲ ਔਜਲਾ ਨੂੰ ਬੋਲ ਦਿੱਤੀ ਅਤੇ ਦੋਸਤੋ ਇਹ ਚੀਜ਼ ਦਾ ਗੁੱਸਾ ਔਜਲਾ ਨੂੰ ਕਾਫੀ ਜ਼ਿਆਦਾ ਲੱਗਿਆ ਅਤੇ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਪਾਈ ਹੈ ਜਿਸ ਵਿੱਚ ਨਾ ਤਾਂ ਉਸਨੇ ਕੁਝ ਬੋਲਿਆ ਹੈ ਅਤੇ ਨਾ ਹੀ ਕੁਝ ਲਿਖਿਆ ਹੈ, ਜਿੱਥੇ ਸਿਰਫ ਇੱਕ ਬੰਦੂਕ ਹੀ ਦਿਖਾਈ ਹੈ ਅਤੇ ਬੜੇ ਹੀ ਤਰੀਕੇ ਨਾਲ ਅੰਮ੍ਰਿਤ ਮਾਨ ਨੂੰ ਇਹ ਗੱਲ ਬੋਲੀ ਹੈ ਕਿ ਜੋ ਤੂੰ ਮੈਨੂੰ ਬੋਲ ਰਿਹਾ, ਜੋ ਮੈਨੂੰ ਸਮਝ ਰਿਹਾ, ਮੈਂ ਉਹ ਨਹੀਂ ਹੈਗਾ ਮਲਕੀ ਖਲਾਰੇ ਪਾਉਣੀ ਬੰਦੂਕ ਹਾਂ। ਅਤੇ ਦੋਸਤੋ ਦੂਜੇ ਪਾਸੇ ਔਜਲਾ ਨੇ ਸਰਦੂਲ ਸਿਕੰਦਰ ਜੀ ਦੀ ਫੋਟੋ ਪਾ ਕੇ ਲਿਖਿਆ ਹੈ RIP ਸਰਦੂਲ ਸਿਕੰਦਰ ਜੀ। ਇੱਥੋਂ ਇਹ ਵੀ ਪਤਾ ਲੱਗਦਾ ਹੈ ਕਰਨ ਔਜਲਾ ਆਪਣੇ ਸੀਨੀਅਰ ਆਰਟਿਸਟ ਦੀ ਕਿੰਨੀ ਰਿਸਪੈਕਟ ਕਰਦਾ ਹੈ। ਦੋਸਤੋ ਜੇਕਰ ਗੱਲ ਕਰੀਏ ਬੰਦੂਕ ਵਾਲੇ ਰਿਪਲਾਈ ਦੀ ਤਾਂ ਔਜਲਾ ਅਕਸਰ ਘੱਟ ਸ਼ਬਦਾਂ ਦੇ ਨਾਲ ਵੱਧ ਗੱਲਾਂ ਬੋਲਣ 'ਚ ਵਿਸ਼ਵਾਸ ਰੱਖਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਔਜਲਾ ਜਦੋਂ ਅੰਮ੍ਰਿਤ ਮਾਨ ਨੂੰ ਰਿਪਲਾਈ ਕੀਤਾ ਸੀ ਤਾਂ ਉਸਨੇ ਇੰਨੀ ਗੱਲ ਲਿਖੀ ਸੀ ਕਿ ਲੜ ਗਈ ਅਤੇ ਆਪਣੀ ਇੱਕ ਸਟੋਰੀ ਵਿੱਚ ਸਪਾਈਸੀ ਲਿਖ ਦਿੱਤਾ। ਸੋ ਦੋਸਤੋ ਅੱਜ ਦੇ ਲਈ ਇੰਨੇ ਹੀ, ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਫਾਇਦਾ ਕੀ ਆ ਸੋਹਣੀਏ ਜਵਾਨ ਹੋਏ ਦਾ, ਪੱਖੀਆਂ ਦੇ ਲੰਗੇ ਨਾ ਜੇ ਛੁਰੇ ਕੋਲ ਦੀ।